ਪੰਜਾਬੀ ਏਕਤ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਜਨਤਾ ਲਈ ਇੱਕ ਹੋਰ ਵੱਡਾ ਕਦਮ ਚੁੱਕਣ ਜਾ ਰਹੀ ਹੈ। ਮਾਨ ਸਰਕਾਰ ਵੱਲੋਂ ਪੰਜਾਬ ਵਿੱਚ ਖੋਲ੍ਹੇ ਗਏ ਆਮ ਆਦਮੀ ਕਲੀਨਿਕਾਂ ਤੋਂ ਬਾਅਦ ਹੁਣ ਨਵੇਂ ਹੈਲਥ ਕੇਅਰ ਸੈਂਟਰ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝੀ ਕੀਤੀ ਹੈ। ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਆਖਿਆ ਕਿ ਅੱਜ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਅਤੇ ਸੂਬੇ ਵਿੱਚ ਸੈਕੰਡਰੀ ਸਿਹਤ ਸਹੂਲਤਾਂ ਨੂੰ ਲੈ ਕੇ ਖਾਸ ਤੌਰ 'ਤੇ ਚਰਚਾ ਹੋਈ। ਸੀਐਮ ਮਾਨ ਨੇ ਕਿਹਾ ਕਿ ਅਸੀਂ ਜਲਦੀ ਹੀ ਪੰਜਾਬ ਵਿੱਚ ਨਵੇਂ ਹੈਲਥ ਕੇਅਰ ਸੈਂਟਰ ਖੋਲ੍ਹਣ ਜਾ ਰਹੇ ਹਾਂ ਜੋ ਕਿ ਆਧੁਨਿਕ ਤਕਨੀਕ ਨਾਲ ਲੈਸ ਹੋਣਗੇ ਅਤੇ ਵਿਭਾਗ ਨੂੰ ਅਗਲੇ ਕੁਝ ਮਹੀਨਿਆਂ ਵਿੱਚ ਹੀ ਇਹ ਸੈਂਟਰ ਲੋਕਾਂ ਨੂੰ ਸਮਰਪਿਤ ਕਰਨ ਨੂੰ ਕਿਹਾ। ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣੀਆਂ ਸਾਡੀ ਗਰੰਟੀ ਹੈ ਜੋ ਅਸੀਂ ਪੂਰੀ ਕਰ ਰਹੇ ਹਾਂ। ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਵਿਧਾਨ ਸਭਾ ਹਲਕਾ ਆਨੰਦਪੁਰ ਸਾਹਿਬ ਦੇ ਜਿੰਨੇ ਵਿਅਕਤੀਆਂ ਦੀ ਸਮਾਰਟ ਰਾਸ਼ਨ ਕਾਰਡ ਕੱਟੇ ਗਏ ਹਨ ਉਹਨਾਂ ਨੂੰ ਮੁੜ ਰਿਵਿਊ ਕੀਤਾ ਜਾਵੇ ਤਾਂ ਜੋ ਕੋਈ ਅਸਲ ਲੋੜਵੰਦ ਸਰਕਾਰੀ ਸਕੀਮਾਂ ਦੇ ਲਾਭ ਤੋਂ ਵਾਂਝਾ ਨਾ ਰਹਿ ਜਾਵੇ। ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਅਸਲ ਲੋੜਵੰਦਾਂ ਦੇ ਸਮਾਰਟ ਰਾਸ਼ਨ ਕਾਰਡ ਕੱਟੇ ਜਾਣ ਦਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਸੀ ਜਿਸ 'ਤੇ ਉਹਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ ਸ਼੍ਰੀਮਤੀ ਨਵਰੀਤ ਕੌਰ ਨਾਲ ਇਸ ਸੰਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਹਨਾਂ ਨੇ ਹਦਾਇਤ ਕੀਤੀ ਹੈ ਕਿ ਵਿਧਾਨ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਅਧੀਨ ਆਉਂਦੇ ਖੇਤਰ ਵਿੱਚ ਜਿੰਨੇ ਵੀ ਸਮਾਰਟ ਰਾਸ਼ਨ ਕਾਰਡ ਕੱਟੇ ਗਏ ਹਨ ਅਤੇ ਜੇਕਰ ਕਿਸੇ ਯੋਗ ਲਾਭਪਾਤਰੀ ਦਾ ਕਾਰਡ ਗਲਤੀ ਨਾਲ ਕੱਟਿਆ ਗਿਆ ਹੈ ਤਾਂ ਉਸਨੂੰ ਮੁੜ ਬਹਾਲ ਕੀਤਾ ਜਾਵੇ ਅਤੇ ਨਾਲ ਹੀ ਉਹਨਾਂ ਨੇ ਹਦਾਇਤ ਕੀਤੀ ਹੈ ਕਿ ਜਿਨ੍ਹਾਂ ਵਿਅਕਤੀਆਂ ਵੱਲੋਂ ਗਲਤ ਤਰੀਕੇ ਨਾਲ ਸਮਾਰਟ ਰਾਸ਼ਨ ਕਾਰਡ ਬਣਾਏ ਗਏ ਹਨ ਉਹਨਾਂ ਦੇ ਕਾਰਡ ਰੱਦ ਕੀਤੇ ਜਾਣ ਤਾਂ ਜੋ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਸ਼ੁਰੂ ਕੀਤੀ ਗਈ ਇਹ ਸਕੀਮ ਦਾ ਲਾਭ ਅਸਲ ਲਾਭਪਾਤਰੀਆਂ ਨੂੰ ਮਿਲ ਸਕੇ। ਪਿੰਡਾਂ ਦੀ ਨੁਹਾਰ ਬਦਲਣ ਦੇ ਮਕਸਦ ਅਤੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਟੀਚੇ ਨੂੰ ਪੂਰਾ ਕਰਨ ਵਾਲੇ ਇੱਕ ਹੋਰ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਸਵੱਛ ਭਾਰਤ ਮਿਸ਼ਨ ਤਹਿਤ ਤਰਲ ਰਹਿੰਦ ਖੂੰਹਦ ਦੇ ਪ੍ਰਬੰਧਨ ਖਾਸ ਤੌਰ 'ਤੇ ਛੱਪੜਾਂ ਵਿੱਚ ਜਾ ਰਹੇ ਗੰਦੇ ਪਾਣੀ ਦੇ ਪ੍ਰਬੰਧਨ ਲਈ ਕੁੱਲ 140 ਕਰੋੜ 25 ਲੱਖ ਰੁਪਏ ਜਾਰੀ ਕੀਤੇ ਹਨ। ਇਹ ਰਾਸ਼ੀ ਪੰਜਾਬ ਦੇ 1950 ਪਿੰਡਾਂ ਵਿੱਚ ਖਰਚ ਕੀਤੀ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਪਿੰਡਾਂ ਵਿੱਚ ਗੰਦੇ ਪਾਣੀ ਦੇ ਪ੍ਰਬੰਧਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ 140 ਕਰੋੜ 25 ਲੱਖ ਰੁਪਏ ਜਾਰੀ ਕੀਤੇ ਹਨ ਤਾਂ ਜੋ ਗੰਦੇ ਪਾਣੀ ਦੀ ਨਿਕਾਸੀ ਅਤੇ ਤਰਲ ਰਹਿੰਦ ਖੂੰਹਦ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਸੰਭਾਲਿਆ ਜਾ ਸਕੇ। ਉਹਨਾਂ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਸਾਰੇ 23 ਜ਼ਿਲ੍ਹਿਆਂ ਦੇ 2950 ਪਿੰਡਾਂ ਨੂੰ ਕਵਰ ਕੀਤਾ ਜਾ ਰਿਹਾ ਹੈ ਤਾਂ ਜੋ ਪਿੰਡਾਂ ਵਿੱਚ ਸਾਫ਼ ਸਫਾਈ ਅਤੇ ਗੰਦੇ ਪਾਣੀ ਦਾ ਸਾਰਥਕ ਤਰੀਕੇ ਨਾਲ ਪ੍ਰਬੰਧਨ ਕੀਤਾ ਜਾ ਸਕੇ। ਪੰਜਾਬ ਵਿੱਚ ਝੋਨੇ ਦੀ ਫਸਲ 'ਤੇ ਬਿਜਲੀ ਸੰਕਟ ਮੰਡਰਾ ਸਕਦਾ ਹੈ। ਘੱਟ ਮੀਂਹ ਦੀ ਸੰਭਾਵਨਾ ਕਾਰਨ ਵਾਧੂ ਬਿਜਲੀ ਦੀ ਲੋੜ ਪਵੇਗੀ। ਮੁੱਖ ਮੰਤਰੀ ਭਗਵੰਤ ਮਾਨ 4 ਮਹੀਨੇ 1000 ਮੈਗਾਵਾਟ ਵਾਧੂ ਬਿਜਲੀ ਲਈ ਕੇਂਦਰੀ ਮੰਤਰੀ ਆਰ.ਕੇ. ਸਿੰਘ ਨੂੰ ਪੱਤਰ ਲਿਖ ਚੁੱਕੇ ਹਨ ਪਰ ਇਹ ਮੰਗ ਅਜੇ ਵੀ ਅਧੂਰੀ ਹੈ। ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਆਰ.ਕੇ. ਸਿੰਘ ਨੂੰ ਲਿਖੇ ਪੱਤਰ ਵਿੱਚ ਸੈਂਟਰ ਪੁਲ ਤੋਂ ਪੰਜਾਬ ਵਿੱਚ 15 ਜੂਨ ਤੋਂ 15 ਅਕਤੂਬਰ 4 ਮਹੀਨੇ 1000 ਮੈਗਾਵਾਟ ਵਾਧੂ ਬਿਜਲੀ ਲੋੜ ਦੱਸੀ ਸੀ। ਇਸ ਦਾ ਕਾਰਨ ਪੰਜਾਬ ਵਿੱਚ ਝੋਨੇ ਦੀ ਫਸਲ ਦੀ ਪੈਦਾਵਾਰ ਹੈ, ਇਸ ਲਈ ਵਾਧੂ ਪਾਣੀ ਦੀ ਲੋੜ ਹੁੰਦੀ ਹੈ। ਮੌਸਮ ਵਿਭਾਗ ਨੇ ਵੀ ਪੰਜਾਬ ਵਿੱਚ ਸਧਾਰਨ ਤੋਂ ਘੱਟ ਮੀਂਹ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਨਤੀਜੇ ਵਜੋਂ ਝੋਨੇ ਦੀ ਫਸਲ ਦੌਰਾਨ ਕਿਸਾਨਾਂ ਦੇ ਸਾਹਮਣੇ ਬਿਜਲੀ ਸੰਕਟ ਖੜਾ ਹੋ ਸਕਦਾ ਹੈ। ਇਸ ਤੋਂ ਬਚਾਅ ਲਈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਸਹਿਯੋਗ ਮੰਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੋ ਵਿਭਾਗਾਂ ਦੇ ਅਧਿਕਾਰੀ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਕਈ ਵੱਡੇ ਫੈਸਲੇ ਲਏ ਗਏ ਹਨ। ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਫਸਰਾਂ ਨਾਲ ਬੈਠਕ ਕੀਤੀ ਸੀ ਜਿਸ ਵਿੱਚ ਮਨਰੇਗਾ ਨੂੰ ਲੈ ਕੇ ਕਾਫੀ ਲੰਬੀ ਚਰਚਾ ਹੋਈ। ਮਨਰੇਗਾ ਸਕੀਮ ਨੂੰ ਪੰਜਾਬ ਵਿੱਚ ਕਿਵੇਂ ਹੋਰ ਵਧਾਇਆ ਜਾਣਾ ਹੈ ਇਸ ਬਾਰੇ ਗੱਲਬਾਤ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦੱਸਿਆ ਕਿ ਅੱਜ ਮਨਰੇਗਾ ਸਕੀਮ ਨੂੰ ਲੈ ਕੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਹੈ। ਮਨਰੇਗਾ ਸਕੀਮ ਨਾਲ ਜੁੜੇ ਕਈ ਅਹਿਮ ਮਾਮਲਿਆਂ ਤੇ ਚਰਚਾ ਹੋਈ ਹੈ। ਮਨਰੇਗਾ ਦਾ ਬਜਟ ਵਧਾਉਣ ਤੇ ਚਰਚਾ ਹੋਈ ਹੈ ਤੇ ਕਿਵੇਂ ਮਨਰੇਗਾ ਦੀ ਲੇਬਰ ਨੂੰ ਬੁਨਿਆਦੀ ਢਾਂਚੇ ਦੇ ਵੀ ਖਾਸ ਤੌਰ ਤੇ ਖੇਡ ਸਟੇਡੀਅਮ ਦੀ ਉਸਾਰੀ ਲਈ ਲਾਇਆ ਜਾਵੇ ਇਸ ਮਸਲੇ ਤੇ ਵਿਸਥਾਰਿਤ ਮੰਥਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਅਫਸਰਾਂ ਨਾਲ ਵੀ ਮੁਲਾਕਾਤ ਕੀਤੀ। ਇਸ ਵਿੱਚ ਪੰਜਾਬੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਮੁੱਢਲੀਆਂ ਸਿਹਤ ਸੇਵਾਵਾਂ ਦੇ ਵਿਸਥਾਰ ਨੂੰ ਲੈ ਕੇ ਚਰਚਾ ਹੋਈ ਹੈ। ਇਸ ਤੇ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਤੇ ਸੂਬੇ ਵਿੱਚ ਸੈਕੰਡਰੀ ਸਿਹਤ ਸਹੂਲਤਾਂ ਨੂੰ ਲੈ ਕੇ ਖਾਸ ਤੌਰ ਤੇ ਚਰਚਾ ਹੋਈ ਹੈ। ਅਸੀਂ ਜਲਦੀ ਹੀ ਪੰਜਾਬ 'ਚ ਨਵੇਂ ਹੈਲਥ ਕੇਅਰ ਸੈਂਟਰ ਖੋਲ੍ਹਣ ਜਾ ਰਹੇ ਹਾਂ ਜੋ ਕਿ ਆਧੁਨਿਕ ਤਕਨੀਕਾਂ ਨਾਲ ਲੈਸ ਹੋਣਗੇ ਤੇ ਵਿਭਾਗ ਨੂੰ ਅਗਲੇ ਕੁਝ ਮਹੀਨਿਆਂ ਵਿੱਚ ਹੀ ਸੈਂਟਰ ਲੋਕਾਂ ਨੂੰ ਸਮਰਪਿਤ ਕਰਨ ਲਈ ਕਿਹਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਵਾਅਦੇ ਅਨੁਸਾਰ ਪੰਜਾਬ ਦੀਆਂ ਸਰਕਾਰੀ ਏਜੰਸੀਆਂ ਮੱਕੀ ਤੇ ਘੱਟੋ ਘੱਟ ਸਮਰਥਨ ਮੁੱਲ 2090 ਰੁਪਏ ਪ੍ਰਤੀ ਕੁਇੰਟਲ ਦੀ ਦਰ ਤੇ ਖਰੀਦ ਕਰਨ ਤਾਂ ਜੋ ਕਿਸਾਨਾਂ ਨੂੰ ਘੱਟ ਰੇਟ ਤੇ ਜਿਣਸ ਵੇਚਣ ਤੋਂ ਬਚਾਇਆ ਜਾ ਸਕੇ। ਇੱਥੇ ਜਾਰੀ ਕੀਤੇ ਇੱਕ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿਸਾਨਾਂ ਨੇ ਮੁੱਖ ਮੰਤਰੀ ਦੇ ਐਲਾਨ ਤੇ ਭਰੋਸਾ ਕੀਤਾ ਕਿ ਮੱਕੀ ਦੀ MSP ਤੇ ਖਰੀਦ ਕੀਤੀ ਜਾਵੇਗੀ ਪਰ ਹੁਣ ਇਹ ਕਿਸਾਨ ਮੁਸ਼ਕਿਲ ਵਿੱਚ ਫਸ ਗਏ ਹਨ ਕਿਉਂਕਿ ਜਿਣਸ ਖਰੀਦ
किसान प्राइवेट व्यापारियों नूं 500 तो 600 रुपए प्रति क्विंटल की दर से मक्की बेचने लई मजबूर हन। बीपरजोय चक्रवात का असर पंजाब विच वी देखण नूं मिलेगा। मौसम विभाग अनुसार इस चक्रवात की नवी पछमी गड़बड़ी कारण 19 जून तक सूबे विच ज्यादातर थावां ते 40 तो 50 किलोमीटर प्रति घंटे की रफ्तार नाल तेज हवावां चलणगियां ते मीह पैण की संभावना है। इस कारण तापमान विच 3 to 5 degrees की गिरावट दर्ज की जा सकती है। दस दई कि विभाग ने इन्हां 4 दिन लई यैलो अलर्ट जारी किया है। मौसम विभाग के चंडीगढ़ केंद्र के डायरैक्टर मनमोहन सिंह अनुसार बीपरजोय चक्रवात के प्रभाव कारण राजस्थान विच तेज हवावां नाल बरसात का दौर जारी है। उत्थे आने वाली यह हवा पंजाब विच नवी नूं वधा रही है। इस नवी अते नवी वैस्टर्न डिस्टरबेंस के समेल कारण मौसम बदल रहा है। लगभग साल हो गया, साल पहला सरकार ने जो आई है सरकार ने कहते भी जिहड़े गलत कार्ड बनाए ने भी वह कट्टे जाएंगे, जिहड़े मतलब लोड़वंद परिवार है तो उन्होंने कार्ड बनाए जाएंगे। तो बार बार कहा भी लगभग महकमे वालों भी 6-7 महीने तो उपर तो इन्हों भी हो गया कह निर्देश जारी किए भी वह कट्टो पर लापरवाही दिखाई है काफ़ी टाइम इन्होंने, पर जो हम कट भी हुए ने ये बड़ी प्रॉब्लम यह आ गई है भी जायज़ भी कट हुए पर कुछ क नजायज़ ग्रांट जो नहीं कट्टे जाने चाहिए वो कट्टे गए हैं। तो जिसे संबंध में कल मैं मीटिंग भी की है समराले तो सारे बैठे से एस डी एफ साहब की तहसीलदार साहब से महकमे वाले से संबंधित महकमे वाले तो उन्होंने कहा भी जेडे कार्ड कट्टे गए हैं भी उन्होंने लिस्ट मंगा के जो गलत कट्टे गए ने उन्होंने आप दोबारा से सिफारिश करिए भी दोबारा से बनाए जाए। सर मैक्सीमम कार्ड जोड़े से गरीब लोगों के कट्टे गए नहीं, मैक्सीमम नहीं है कि मतलब कट्टे गए ने, मैक्सीमम नहीं कह सकते। कई वीर हमने अज आया से दसदा सी भी साढ़े पिंड सारे सही कट्टे गए हैं। हाँ कट्टे गए ने यह मनने जी ने मानते हैं भी गलत कट्टे गए हैं, पूछा भी उन्होंने फिर मीटिंग बुलाई है भी तुम कट्टे किस हिसाब लाने जो देखो जो गरीब का कट्टिया गया भी कि कारण कोई कारण तो हो है ना, कितना कितने गलतियां हुई ने इन्हों तो असं मानते हैं तो क्यों हुई ने उसके बारे भी पूछेंगे इन्हें, पर गल यह भी जिड़े हजे भी रेंगे ने असं फिर सिफारिश करूँगे भी जोड़े रेंगे ने गलत हजे कट नहीं हो कट्टे जा पर जोड़े गलती ना कट्टे गए पर वो लोड़वंद परिवार है तो उन्होंने वापस दोबारा बनाए जा। सर कोई सर्वे किया कट्टण तो पहले इस तरह नहीं 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 महकमे मैं तो सीधी गल साफ कहूँगा महकमे की उन्हें नरकी भी कहूँगा एक तरह की भी जे नया कट हो गए ने जो कुछ भी हुए ने तो उन्होंने कहता भी जिते थोड़ी गलती उन्होंने दोबारा से सोध करके सही तरीके सही कार्ड बनाए जाए। इस प्रति सर कोई कमेटी बनाई गई है भी दोबारा? हाँ 5 मैंबरी कमेटी बनाई गई है, एक तहसीलदार साहब के नाल 5 मैंबरी कमेटी है, एक जिंद प्रधानगी तहसीलदार साहब करे तो वो यही है भी वो लिस्टा मंगा के जिहड़ियां कट्टी गई ने जिहड़े मतलब कट नहीं होने चाहिए तो लोड़वंद परिवार से उन्होंने दोबारा शामिल किया जाए। जो बिल्कुल नजायज कार्ड बने उन्होंने बारे की कहना? उन्होंने बारे देखो मैं तो सीधी गल कहूँगा लोगों को भी कहूँगा अपील है मेरी, असल दे विच असी पिछे हट जाते हैं, असी बार बार अपील करते हैं। देखो जो गरीब कट्टे उदों तो आप कह नहीं दस दी भी मेरा गलत कट्टे गया, पर सानू यह चाहिए भी जो गलत बनया ये भी दसना चाहिए भी ये बंदा जो नजायज़ फायदा लैन लग्या यद कार्ड नहीं बनना चाहिए। मैं कहना भी साडा सहयोग जो तुम करोगे तो ही सही कार्ड कट्टे जाएंगे, तुम सानू दसो भी जोड़े बने हुए असं तो चाहते नहीं है भी वो जो पहला नजायज़ जिम्मे भी बन गए हैं मैं उस चीज़ लिए जाना चाहूँगा, पर जो नजायज़ बने हुए हैं उन्होंने कटाओ तुम सा। मैडम कितने हो तुम? मैडम कितने हो? मैं हॉस्पिटल आया, कितने हो तुम? चेतपुर करते हो? ਤੁਸੀਂ ਹਾਂ ਜੀ ਇੱਥੇ ਲਾ ਕੇ ਗਏ? ਹਾਂ ਹਾਂ ਤੁਸੀਂ ਤੁਸੀਂ ਲਿਖ ਕੇ ਨਹੀਂ ਗਏ? ਤੁਸੀਂ ਲਿਖ ਕੇ ਨਹੀਂ ਗਏ ਇੱਥੇ? ਇੱਥੇ ਲਿਖ ਕੇ ਕਿਉਂ ਨਹੀਂ ਗਏ? ਨਹੀਂ 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 ਮੈਂ ਤੁਹਾਡੀ ਐਬਸੈਂਟ ਲਾਉਣ ਲੱਗਾ, ਤੁਹਾਡੇ ਖਿਲਾਫ਼ ਕਾਰਵਾਈ ਕਰੂੰਗਾ। एक लड़की बेचारी गरीब जिहदा घर वाला मर गया इन्हें मौत का सर्टिफिकेट लेना, यह पिछले कई दिन तो ताडे इत्थे तुरी फिरदी आ। तुसी हरजिंदर कौर आ? सर सर साथी इन्हां नाल गल कराओ, मैडम नाल गल कराओ, तुसी नहीं गल करनी, मैडम नाल गल कराओ, तो मैडम ना गल कराओ जी, मैडम ना गल कराओ पहला। हाँ हरजिंदर कौर मलकीत सिंह की घर वाली मलकीत सिंह की डेथ हो गई है, खतरा खुर्द तो पिछले 3 महीने तो ताड़े को गेड़े मार रहे हैं, तुम सहम क्यों नहीं गल कर देंगे?
ਤੁਸੀਂ ਇਹਨਾਂ ਦੇ ਮੌਤ ਦੇ ਸਰਟੀਫਿਕੇਟ ਤੇ ਸਾਈਨ ਕਿਉਂ ਨਹੀਂ ਕਰਕੇ ਦਿੰਦੇ? ਹਰਜਿੰਦਰ ਕੌਰ ਆ ਮੇਰੇ ਨਾਲ ਆਈ ਹੈ ਗਰੀਬ ਔਰਤ। ਸਰ ਗੁਰੂ ਨਾਨਕ ਹਾਸਪਿਟਲ ਨੇ ਲਿਖਿਆ ਆ ਫਾਈਲ ਮੇਰੇ ਹੱਥ ਚ ਹੈ, ਤੁਹਾਡੇ ਸਾਈਨ ਹੋਣੇ ਆ, ਇਹਨਾਂ ਨੂੰ ਸਰਟੀਫਿਕੇਟ ਮਿਲਣਾ। ਤੁਸੀਂ ਸਾਈਨ ਨਹੀਂ ਕਰਦੇ ਮੇਰੇ ਕੋਲ ਪੈਸੇ ਮੰਗਦੇ? ਤੁਸੀਂ ਕੋਈ ਗੱਲ ਨੀ, ਤੁਹਾਡੇ ਖਿਲਾਫ਼ ਮੈਂ ਕਾਰਵਾਈ ਲੱਗਾ ਕਰਨ, ਮੈਂ ਹੈਲਥ ਮਿਨਿਸਟਰ ਨੂੰ ਲਿਖ ਕੇ ਭੇਜਣ ਲੱਗਾ। ਤੁਹਾਨੂੰ ਮੈਂ ਦੱਸਦਾ ਕਿੱਦਾਂ ਲੋਕਾਂ ਨੂੰ ਖਿਲਾਫ਼ ਕਰੀਦਾ। ਮੈਂ ਕਿਹਾ ਤੁਸੀਂ ਛੱਡੋ, ਤੁਹਾਨੂੰ ਮੈਂ ਦੱਸਦਾ, ਆ ਜਾਓ ਛੱਡੋ ਜੀ, ਕੋਈ ਗੱਲ ਮੈਂ ਕਹਿੰਦਾ ਨਾਂ ਲਿਖ ਸਕਦਾ ਕੋਈ ਪੋਸਟ ਲਿਖੇ ਦੀ ਦਾਦਾ ਪੋਸਟ ਲਿਖ ਦੀ ਨਾ ਨਾ ਸੌਰੀ ਕੋਈ ਨੀ, ਇਹ ਗਰੀਬ ਲੋਕਾਂ ਨੂੰ ਖਰਾਬ ਕਰਦੇ ਤੁਸੀਂ। ਇਹਦਾ ਪੋਸਟ ਲਿਖੀ ਹੈ, ਇਹਦੀ ਪੋਸਟ ਲਿਖ, ਪੋਸਟ ਲਿਖ, ਪੋਸਟ ਲਿਖ ਕੀ ਹੈ, ਪੋਸਟ ਪੋਸਟ ਲਿਖੋ, ਪੋਸਟ ਲਿਖੋ ਇਹਦੀ ਕੀ ਹੈ। ਹੁਣ ਇਹ ਹੈਲਥ ਮਿਨਿਸਟਰ ਨਾਲ ਗੱਲ ਕਰੀਏ। ਹਾਂ ਦੇਖੋ ਕੀ ਪੋਸਟ ਲਿਖੀ ਇਹਨਾਂ ਦੀ, ਇਹਨੂੰ ਦੇਖੋ। ਹੈਲੋ ਸਤਿ ਸ੍ਰੀ ਅਕਾਲ ਜੀ ਮੈਡਮ, ਮੈਂ ਖਤਰਾ ਕਲਾਂ ਪਿੰਡ ਚ ਆ, ਖਤਰਾ ਕਲਾਂ ਪਿੰਡ ਚ ਇਹ ਬਲੌਕ ਪੈਂਦਾ ਹੋਊਗਾ ਜੀ ਤੁਹਾਡਾ ਰਮਦਾਸ। ਹਾਂ ਹਾਂ, ਇੱਥੇ ਤੁਹਾਡੀ ਇਹਨਾਂ ਕੁੜੀ ਲੱਗੀ ਆ ਹਰਜਿੰਦਰ ਕੌਰ, ਹਰਪਿੰਦਰ ਕੌਰ ਇਹ ਐਸਲੇ ਐਬਸੈਂਟ ਹੈ, ਇੱਥੇ ਹੈ ਨੀ। ਇੱਕ ਲੜਕੀ ਉਹਦਾ ਘਰ ਵਾਲਾ ਮਰ ਗਿਆ ਗਰੀਬ ਕੁੜੀ ਦਾ, ਪਿਛਲੇ 30 ਦਿਨ ਤੋਂ ਇੱਥੇ ਫੇਰੇ ਮਾਰ ਰਹੀ, ਉਹਦੇ ਸਾਈਨ ਨਹੀਂ ਕਰਕੇ ਦੇ ਰਹੀ। ਹਾਂ ਇਹ ਮੈਂ ਇਹਦੀ ਰਿਪੋਰਟ ਲੱਗਾ ਕਰਨ ਹੈਲਥ ਮਿਨਿਸਟਰ ਨੂੰ, ਤੇ ਇਹਦੇ ਖਿਲਾਫ਼ ਕਾਰਵਾਈ ਕਰਨੀ। ਤੁਸੀਂ ਡਿਊਟੀ ਤੇ ਨਹੀਂ ਆਉਂਦੇ? ਹਾਂ ਓਕੇ 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 ਬਾਏ ਓਕੇ ਬਾਏ ਓਕੇ 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 ਕੀ ਹਾਲ ਹੈ ਜੀ? ਮਤ ਫਿਰ ਸਰਬਜੀਤ ਕੌਰ ਤੂੰ ਸੱਚੀ ਆ, ਚੱਲ ਲਿਖ ਕੇ ਦੇ ਕਿ ਮੈਂ ਇਹ ਸਾਰੇ ਘਟਨਾਕ੍ਰਮ ਦਾ CBI ਦੀ ਜਾਂਚ ਲਈ ਤਿਆਰ ਹੈ। ਅਸੀਂ ਦਵਾਉਂਦੇ ਹਾਂ ਬੀਬੀ ਅਮਰਜੀਤ ਕੌਰੋਂ ਅਰਜ਼ੀ ਦਵਾਵਾਂਗੇ, ਅਸੀਂ ਤਾਂ ਚਲੋ ਜਾਵਾਂਗੇ, ਇਹਨਾਂ ਨੂੰ ਭੇਜਾਂਗੇ ਕਿ ਮੈਂ ਸਰਬਜੀਤ ਕੌਰ ਮਾਣਕੋ ਨੂੰ ਇੱਕ ਚੁਣੌਤੀ ਦੇਣਾ ਚਾਹੁੰਦਾ। ਤੁਸੀਂ ਕਹਿੰਦੇ ਮੈਂ ਸੱਚੀ ਹਾਂ, ਤੈਨੂੰ ਇੰਨਾ ਨਹੀਂ ਪਤਾ ਲੱਗਿਆ ਕਿ ਕੋਠੀ ਦਾ ਟਾਈਟਲ ਕੌਣ ਹੈ? ਵੱਡੇ ਵੱਡੇ ਸਾਈਨ ਜਿਹੜੇ ਝੂਠੇ ਨਜ਼ਰ ਆ ਰਹੇ ਇਹਨਾਂ ਦੇ, ਤੁਹਾਨੂੰ ਮੈਂ ਕੈਮਰਾ ਜ਼ੂਮ ਕਰਕੇ ਦਿਖਾਊਂਗਾ, ਤੁਹਾਨੂੰ ਦੇਖਿਓ ਜ਼ਰਾ। ਅੰਨਾ ਬੰਦਾ ਵੀ ਪਛਾਣ ਸਕਦਾ ਕਿ ਝੂਠੇ ਸਾਈਨ ਨੇ ਅਮਰਜੀਤ ਕੌਰ ਦੇ, ਲੇਕਿਨ ਉਹਨੂੰ ਪਤਾ ਨਹੀਂ ਲੱਗ ਰਿਹਾ। ਔਰ ਉਹਨੇ ਚਾਬੀਆਂ ਕਿਹਨੂੰ ਦਿੱਤੀਆਂ ਨੇ? ਕਰਮ ਸਿੰਘ ਨੂੰ। ਵਾਈ ਡਿਡ ਸ਼ੀ ਨੋਟ ਹੈਂਡ ਓਵਰ ਦ ਕੀਜ਼ ਟੂ ਦ ਡਿਪਟੀ ਕਮਿਸ਼ਨਰ ਆਫ ਜਗਰਾਓਂ ਐਂਡ ਡਿਪਟੀ ਕਮਿਸ਼ਨਰ ਅਤੇ SSP ਨੂੰ ਪੁੱਛਣਾ ਚਾਹੁੰਦਾ। ਤੁਸੀਂ ਯਾਰ ਸੁੱਤੇ ਪਏ ਹੋ, ਤੁਸੀਂ ਕਹੀ ਜਾਂਦੇ ਰੈਵਨਿਊ ਰਿਕਾਰਡ ਮੈਂ ਕੀਤੀ, SSP ਨਾਲ ਗੱਲ ਮੈਂ ਕੀਤੀ, SP ਨਾਲ ਗੱਲ, ਅਖੇ ਰੈਵਨਿਊ ਰਿਕਾਰਡ ਚੈੱਕ ਕਰੇ ਯਾਰ, ਸਾਰਾ ਕੁਛ ਡਿਜੀਟਲਾਈਜ਼ਡ ਆ। ਵਿਦ ਇਨ 5 ਮਿੰਟਸ ਯੂ ਕੈਨ ਗੈਟ ਦ ਰਿਕਾਰਡ ਆਫ ਜਗਰਾਓਂ, ਇਟਸ ਅ ਡਿਸਟ੍ਰਿਕਟ ਹੈੱਡਕੁਆਰਟਰ। ਮੇਰੀ ਜ਼ਮੀਨ ਦਾ ਮੇਰੇ ਤੇ FIR ਦਰਜ ਕੀਤੀ ਹੈ, 51 ਸਾਲ ਦਾ ਰਿਕਾਰਡ ਕੱਢ ਕੇ ਰਾਤ ਨੂੰ 1:40 ਵਿੱਚ FIR ਦਰਜ ਹੋਈ ਪਲੱਥ ਪੁਲਿਸ ਸਟੇਸ਼ਨ ਦੇ ਵਿੱਚ, ਤੇ ਇਹਨਾਂ ਦਾ ਰਿਕਾਰਡ ਲੱਭਣ ਨੂੰ 15 ਦਿਨ ਲੱਗ ਰਹੇ ਨੇ। ਇੱਥੋਂ ਪਤਾ ਲੱਗਦਾ ਵਾ ਕਿ ਸਾਰੀ ਮਿਲੀ ਭੁਗਤ ਮਾਫੀਆ ਟੋਟਲ ਫਰੋਡ ਫੋਰਜਰੀ ਟੈਂਪਰਿੰਗ ਟ੍ਰੈਸਪਾਸ ਕੋਈ ਸ਼ਬਦ ਨਹੀਂ ਗਾ ਜਿਹੜਾ ਇਹਨਾਂ ਦੇ ਨਾਲ ਨਹੀਂ ਇਸਤੇਮਾਲ ਕੀਤਾ ਗਿਆ। ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਅਗਰ ਤੁਸੀਂ ਨਹੀਂ ਕਰੋਗੇ ਟਾਈਮ ਸਿਰ ਕੋਠੀ ਖਾਲੀ ਔਰ ਪਰਚੇ ਨਹੀਂ ਦਰਜ ਕਰੋਗੇ, ਕ੍ਰਿਮੀਨਲ ਕੇਸ ਸਭ ਦੇ ਪਰਚੇ ਬਣਦੇ ਨੇ ਇਨਕਲੂਡਿੰਗ ਦੀ MLA, ਦੇ ਵਿਲ ਬੀ ਫੋਰਸ ਟੂ ਮੂਵ ਦ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਬਿਕੋਜ MLA ਇਜ਼ ਇਨਵੋਲਵ, ਦੇਰ ਇਜ਼ ਅ ਸਪੈਸ਼ਲ ਬੈਂਚ ਆਫ ਦੀ ਹਾਈ ਕੋਰਟ ਜਸਟ ਟੂ ਡੀਲ ਵਿਦ ਦੀ ਐਟਰੋਸਿਟੀਜ਼ ਕਮਿਟਿਡ ਬਾਈ ਦੀ MLAs ਐਂਡ MPs, ਇਟ ਵਿਲ ਗੋ ਦੇਅਰ, ਦਿਸ ਕੇਸ ਵਿਲ ਗੋ ਟੂ ਦ CBI, ਜਿਹੜੇ ਤਹਿਸੀਲਦਾਰ ਨੇ ਕੀਤਾ ਪਰਚਾ ਅਟੋਰਨੀ ਅਟੈਸਟ, ਜਿਹੜੇ ਪਟਵਾਰੀ ਨੇ ਕੀਤਾ, ਜਿਹੜੇ ਨੰਬਰਦਾਰ ਨੇ ਗਵਾਹੀ ਦਿੱਤੀ ਝੂਠੀ, ਜਿਹੜੇ MLA ਨੇ ਕਬਜ਼ਾ ਕੀਤਾ, ਜਿਹੜੇ ਕਰਮ ਸਿੰਘ ਨੇ ਕੀਤਾ, ਜਿਹੜੇ ਅਸ਼ੋਕ ਕੁਮਾਰ ਨੇ ਕੀਤਾ, ਸਭ ਤੇ ਪਰਚੇ ਦਰਜ ਹੋਣਗੇ। ਦੂਰ ਹੋ ਸਕਦਾ ਲੇਕਿਨ ਇਹ ਬੇਇਨਸਾਫੀ ਅਸੀਂ ਜਿਹੜੀ ਇੱਦਾਂ ਛੱਡਾਂਗੇ ਨਹੀਂ। ਔਰ ਕੱਲ੍ਹ ਮੈਂ ਬੀਬੀ ਭੈਣ ਆਪਣੀ ਮਾਨੁਕੇ ਨੂੰ ਕਹਿਣਾ ਚਾਹੁੰਦਾ, ਯਾਰ ਆਪਣੇ ਇੰਨਾ ਗੁੱਸਾ ਕੀਤਾ ਤੁਸੀਂ, ਕਸੂਰ ਤੁਹਾਡਾ, ਕਰਤੂਤਾਂ ਤੁਹਾਡੀਆਂ, ਕਬਜ਼ੇ ਤੁਹਾਡੇ, ਚੀਟਿੰਗ ਤੁਹਾਡੀ, ਤੇ ਸਾਰਾ ਪ੍ਰੈਸ ਦੇ ਮੋਹਰੇ ਆਣ ਕੇ ਖਹਿਰਾ ਖਹਿਰਾ ਜਿੰਨੇ ਮੇਰੇ ਤੇ ਇਲਜ਼ਾਮ ਲਾਏ, ਮੈਂ ਇੱਕ ਇੱਕ ਲਾਈਨ 'ਚ ਕਹਿੰਦਾ, ਬੇਬੁਨਿਆਦ, ਝੂਠੇ, ਮਨ ਘੜਤ। ਮੇਰੀ ਚੁਣੌਤੀ ਆ ਕਿ ਚੱਲ ਐਂ ਕਰ, ਮੇਰਾ ਵੀ ਪਾ ਵਿੱਚ ਅਤੇ ਕੋਠੀ ਦਾ ਵੀ ਪਾ ਵਿੱਚ, ਖਹਿਰੇ ਦੀ ਵੀ ਕਰਾ CBI ਜਾਂਚ,
ते अपनी भी करा सीबीआई जांच ते सारा लिख के दे। मैं अगर मेरी एक इंच भी जायदाद को गलत होगी, साढ़े पिंड में जी साड़ी जद्दी जायदाद है वो 250 साल पुरानी है। वन ऑफ आवर फोर फादर्स महताब सिंह खेरा वॉज आई डिड नॉट वॉन्ट टू ब्रिंक दिस टू ऑन पब्लिक रिकॉर्ड, मैं कभी कहना नहीं चाहता। कपूरथला स्टेट के महाराजा ने साडे परिवार को 2800 किला जमीन दी है इन एन एक्ट ऑफ ब्रेवरी। शादीपुर पिंड, रामगढ़ पिंड, शेर सिंह वाला पिंड, सारे साढ़े और साढ़े क्वेश्चन करके तो को कितों जमीन आ गई जी। जिन्हें भी इल्जाम लाए ने, मेरी चुनौती है कि मैं खड़ा तेरे सामने आ ते सीबीआई की जांच तू भी करवा अपनी। अज इतने असी एग्जैक्टिव दे विच यह फैसला किया कि तख्त श्री अकाल तख्त साहब के जथेदार ज्ञानी हरप्रीत सिंह जी वो अपनियां सेवावां तख्त श्री दमदमा साहब विखे अपनियां निरंतर जारी रखणगे बतौर जथेदार श्री दमदमा साहब। तख्त श्री अकाल तख्त साहब जी दे जथेदार दियां जिहड़ियां सेवावां बतौर जथेदार सिंह साहब ज्ञानी रघुवीर सिंह जी जिहड़े तख्त श्री केसगढ़ साहब जी दे जथेदार आ उत्थे उन्हां को एडिशनल चार्ज सी, वो अपनियां पक्कियां सेवावां श्री अकाल तख्त साहब जी के जथेदार के तौर पर निभाउणगे। सिंह साहब ज्ञानी सुल्तान सिंह जी जिहड़े सचखंड के ग्रंथी सिंह आ वो तख्त श्री अकाल तख्त श्री केसगढ़ साहब जी के बतौर जथेदार अपनियां पक्कियां सेवावां निभाउणगे। और इस तों इलावा क्योंकि सचखंड श्री दरबार साहब जी के विच ग्रंथी साहबान थोड़े होण करके सिंह साहब ज्ञानी रघुवीर सिंह नूं मुख ग्रंथी का एडिशनल चार्ज श्री दरबार साहब का भी दिता जांदा ते भाई सिंह साहब ज्ञानी सुल्तान सिंह जी नूं जिहड़े तख्त श्री केसगढ़ साहब जी के जथेदार आ सेवावां तां पक्कियां उत्थे निभाउणगे पर उन्हां नूं एडिशनल ग्रंथी के तौर इत्थे अपने ग्रंथी के तौर पर सचखंड श्री दरबार साहब से एडिशनल जिहड़ा आ उन्हां नूं चार्ज दिता जांदा।